ਪਾਰਕ ਕਰ ਗਈ ਉਹਦੇ ਨਾਲ ਅੱਗ ਲੱਗੀ ਹੈ ਜੀ। ਕਿੰਨਾ ਕੁ ਨੁਕਸਾਨ ਸਰ? ਨੁਕਸਾਨ ਤਾਂ ਹੁਣ ਥੱਲੇ ਜਾ ਕੇ ਪਤਾ ਲੱਗੂਗਾ ਜੀ, ਥੱਲੇ ਪਾਣੀ ਬਹੁਤ ਜ਼ਿਆਦਾ ਖੜਾ ਵਾ। ਹੁਣ ਥੱਲੇ ਜਾਵਾਂਗੇ ਫਿਰ ਵੇਖਾਂਗੇ। ਗੱਦੇ ਸੀਗੇ ਜੀ, ਬੈੱਡ ਸੀਗੇ, ਬਹੁਤ ਕਾਫੀ ਮਹਿੰਗੇ ਬੈੱਡ ਸੀਗੇ ਜੀ, ਸੋਫੇ ਸੀਗੇ ਜੀ, ਕਾਫੀ ਮਾਲ ਸਾਡਾ ਬਹੁਤ ਸੜ ਕੇ ਸਵਾਹ ਹੋ ਗਿਆ ਜੀ। ਗੱਡੀਆਂ ਕਦੋਂ ਫਾਇਰ ਬ੍ਰਿਗੇਡ ਦੀ ਆ ਗਈ ਸੀ ਨਾਲ? ਉਹ ਤਾਂ ਉਹਦੀ ਆ ਗਈ, ਨਾਲ ਦੀ ਨਾਲ ਹੀ ਆ ਗਈ। ਨਗਰ ਨਿਗਮ ਨੇ ਤਾਂ ਬਹੁਤ ਵਧੀਆ ਕੀਤਾ, ਉਹਦੀ 10 ਮਿੰਟ ਦੇ ਵਿੱਚ ਸਾਰੇ ਪਹੁੰਚ ਗਏ ਜੀ। ਤੇ ਜਦੋਂ ਅਸੀਂ ਕਾਲ ਕੀਤਾ ਉਹਨਾਂ ਨੇ ਨਾਲ ਹੀ ਗੱਡੀਆਂ ਦੀ ਸਿਲਫਾਂ ਮਾਰ ਦਿੱਤੀਆਂ। ਕਮੀ ਨਹੀਂ ਆਈ ਜੀ? ਕਿੰਨੀਆਂ ਗੱਡੀਆਂ ਲੱਗ ਗਈਆਂ ਟੋਟਲ ਪਤਾ ਲੱਗ ਗਿਆ? 5-6 ਗੱਡੀਆਂ ਲੱਗ ਗਈਆਂ। ਗੱਡੀਆਂ ਤਾਂ ਹੋਰ ਵੀ ਤੁਰੀਆਂ ਆਉਂਦੀਆਂ ਜੀ, ਹੋਰ ਪਾਣੀ ਅੱਗ ਤੇ ਕੰਟਰੋਲ ਹੋ ਚੁੱਕਿਆ ਜੀ ਸਾਰਾ। ਕੋਈ ਜਾਨੀ ਨੁਕਸਾਨ? ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੈ ਜੀ। ਸਾਨੂੰ 12:15 ਦੇ ਕਰੀਬ ਫੋਨ ਆਇਆ ਜੀ, ਅਸੀਂ ਤੁਰੰਤ ਗੱਡੀ ਲੈ ਕੇ ਪਹੁੰਚੇ ਤੇ 2 ਗੱਡੀਆਂ ਉੱਥੇ ਵੀ ਹੋਰ ਪਾਈਆਂ ਜੀ। 6-7 ਗੱਡੀਆਂ ਪਾਣੀ ਲੱਗ ਚੁੱਕੀਆਂ, ਹੁਣ ਅੱਗ ਕੰਟਰੋਲ ਹੈ ਬਿਲਕੁਲ। ਵੈਸੇ ਅਸੀਂ ਖੜੇ ਆ ਮੌਕੇ ਦੇ ਜੀ। ਨੁਕਸਾਨ ਕਿੰਨੇ ਕੁ ਜੀ? ਨੁਕਸਾਨ ਤਾਂ ਕੋਈ ਗੱਡੀਆਂ ਲਾ ਸਕਦੇ ਥੱਲੇ ਬੇਸਮੈਂਟ ਦੇ ਵਿੱਚ ਜੀ। ਕੋਈ ਜਾਨੀ ਨੁਕਸਾਨ? ਗੱਡੀਆਂ 7-8 ਆ ਗਈਆਂ ਜੀ। ਕੋਈ ਜਾਨੀ ਨੁਕਸਾਨ ਜੀ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ ਜੀ। ਬਚ ਜਾ ਜੀ।